mari. Lekka jo. Thank you.
ठंड भी कट्टी मीह चक्कड़ हनेरी विच भी रहे ने ते साध संगत जी अज ही नहीं किते भी आपा किसान अंदोलन दे विच तन करके मन करके जी भुल्लर साहब सरदार सुंदर सिंह जी भुल्लर साहब सब ने आके इत्थे समुची साध संगत ने हाजरी भरी आ गुरमुखां प्यारिया ने सरदार नसीब सिंह होना ने संगतां ने उपराला किया है समागम होया वा ते सानू इत्थों जागृत होना चाहीदा कि असी एक हो के समय के नाल जिवें अज फते नसीब होई आ असी किते भी प्रशासन दे विच खड़े होवांगे ते सानू जित मिलेगी। कोई हिंदू आवे कोई मुसलमान आवे कोई ईसाई आवे सब एके परत च बिठा के उत्थे सिखाया जा रहा है और इन्ना प्यार मिलिया तुहाडे सिद्धांतां वल वेख के साडे मन तां अहीं सिखी धारण करीए और इन्हां सिद्धांतां करके उत्थे जित होई है अपनी। बेशक बड़ी कोशिश कीती गई सत्ता वल बदनाम करन दी पर साडे उपर कलगियां वाले पाशा दा हथ रहा है। ये साडी जित जिहड़ी होई है ये गुरु साहब जी की कृपा नाल होई है। बंदा सिंह बहादुर ने जदों जित प्राप्त की है जदों आपां नूं मार्ग बनाया जमीना दे उहदे पिछे कलगियां वाले थापड़ा सी कलगियां वाले पाशा थापड़ा बड़ियां उत्थे बख्शियां होईयां मैं राह दी ਤੁਸੀਂ ਉੱਥੇ ਉਹ ਪਧਾਰਨਾ ਪੇਸ਼ ਕਰਾਈ ਤੇ ਉੱਥੇ ਲੋਕ ਹੈਰਾਨ ਹੋ ਰਹੇ ਨੇ। ਮੈਂ ਰਾਹ ਸੁਣ ਰਿਹਾ ਸੀ ਇੱਕ ਗੁਰਮੁਖ ਸਿੰਘ ਨਾਮ ਦਾ ਵਿਅਕਤੀ ਮੈਂ ਸੁਣ ਰਿਹਾ ਸਾਂ ਉਹ ਮੈਂ ਸੁਣ ਰਿਹਾ ਸਾਂ ਵੀ ਜਦੋਂ ਨਾ ਰੱਖੜੀ ਵਾਲਾ ਦਿਨ ਸੀ ਰੱਖੜੀ ਵਾਲ ਦੇਣ ਜਿਹੜਾ ਉਹਨਾਂ ਨੇ ਪ੍ਰਸ਼ਾਦਾ ਪਕਾਉਂਦਿਆਂ ਸੀ ਉਹ ਘਰ ਦੇ ਵਿੱਚ ਅਤੇ ਜਦੋਂ ਪ੍ਰਸ਼ਾਦਾ ਪਕਾਉਂਦੇ ਸੀ ਤਾਂ ਰੱਖੜੀ ਵਾਲ ਦਿਨ ਉਹ ਘਰ ਨਹੀਂ ਆ ਸਕਿਆ ਉਹ ਨੌਜਵਾਨ ਘਰੇ ਨਹੀਂ ਆਇਆ ਅਤੇ ਉਹਦੇ ਜਿਹੜੇ ਉੱਥੇ ਰਹਿਣ ਵਾਲੀਆਂ ਜਿਹੜੀਆਂ ਵਿਚਾਰੇ ਗਰੀਬ ਲੋਕ ਉਹਨਾਂ ਦੀਆਂ ਬੱਚੀਆਂ ਆਈਆਂ ਕਹਿਣ ਲੱਗੇ ਵੀ ਤੁਸੀਂ ਸਾਡੇ ਕੋਲ ਕਿਵੇਂ ਆ ਜਾਈਆਂ ਜੀ ਕਹਿਣ ਲੱਗੇ ਅੱਜ ਰੱਖੜੀ ਦਾ ਦਿਨ ਹੈ ਅਸੀਂ ਤੁਹਾਨੂੰ ਰੱਖੜੀ ਬੰਨਣ ਆਈਆਂ। ਉਸ ਨੌਜਵਾਨ ਨੂੰ ਗੁਰਮੁਖ ਸਿੰਘ ਰੱਖੜੀ ਬੰਨੀ ਉਹਨੇ ਅਤੇ ਗੁਰਮੁਖ ਸਿੰਘ ਕਹਿਣ ਲੱਗਾ ਜੇ ਤੂੰ ਅੱਜ ਮੇਰੀ ਭੈਣ ਬਣੀ ਆ ਅਤੇ ਮੇਰਾ ਇਹ ਵਾਅਦਾ ਰਿਹਾ ਅਤੇ ਆਨੰਦ ਕਾਰਜ ਮੈਂ ਕਰਾਂਗਾ। ਉਸੇ ਟਾਈਮ ਉਸੇ ਖਾਤੇ ਵਿੱਚ 50,000 ਰੁਪਇਆ ਉਹਦੀ ਮਾਤਾ ਲੜਕੀ ਦੇ ਗਰੀਬ ਲੜਕੀ ਦੇ ਔਰ ਗਰੀਬ ਨੇ ਉਸ ਤੋਂ ਬਾਅਦ ਵਾਅਦਾ ਕੀਤਾ ਕਹਿਣ ਲੱਗਾ ਜਦੋਂ ਤੇਰਾ ਆਨੰਦ ਕਾਰਜ ਹੋਵੇਗਾ ਵਿਆਹ ਹੋਵਾਂਗੇ ਅਸੀਂ ਪੰਜਾਬ ਤੋਂ ਫਿਰ ਆਵਾਂਗੇ ਇਸ ਬੱਚੇ ਦਾ ਆਨੰਦ ਕਾਰਜ ਅਸੀਂ ਆਪ ਕਰਨੇ ਹਾਂ ਭਾਵੇਂ ਮੇਰਾ 4-5 ਲੱਖ ਰੁਪਇਆ ਲੱਗ ਜਾਵੇ ਅਸੀਂ ਆਨੰਦ ਕਾਰਜ ਕਰਾਂਗੇ। ਤੁਸੀਂ ਉੱਥੇ ਉਹ ਧਾਰਨਾ ਪੇਸ਼ ਕਰ ਰਹੇ ਜੇ ਉਹ ਇਤਿਹਾਸ ਪੈਰ ਕਰ ਰਹੇ ਜੇ ਜਿਹੜਾ ਇਤਿਹਾਸ ਲੋਕਾਂ ਨੇ ਸੁਣਿਆ ਸ਼ੁਰੂ ਨਹੀਂ ਵੇਖਿਆ ਨਹੀਂ ਸੀ ਤੁਸੀਂ ਵਿਖਾਏ ਕੇ ਇਤਿਹਾਸ ਨੂੰ ਵੀ ਅਸੀਂ ਸਿੱਖ ਕਿਹੋ ਹੁੰਦੇ ਹੈ ਸਿੱਖਾਂ ਦਾ ਕਿਰਦਾਰ ਕਿੱਡਾ ਉੱਚਾ ਸੁੱਚਾ ਹੁੰਦਾ ਹੈ ਔਰ ਸਿੱਖ ਦੇ ਸਿਧਾਂਤ ਕਿੱਡੇ ਉੱਚੇ ਸੁੱਚੇ ਹੁੰਦੇ ਹੈ। ਇਸ ਵਾਸਤੇ ਮੈਂ ਧੰਨਵਾਦ ਕਰਦਾ ਗੁਰੂ ਸਾਹਿਬ ਦੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਆਪਾਂ ਨੂੰ ਇਹ ਜਿਹੜਾ ਮੋਰਚਾ ਲੱਗਾ ਨਾ ਇਹ ਮੁਬੱਤਲ ਹੀ ਹੋਇਆ ਕਹਿੰਦੇ ਆ ਜੀ ਘਰੇ ਨਹੀਂ ਬਹਿਣਾ ਇਹਦੇ ਬੜੀਆਂ ਚੁਣੌਤੀਆਂ ਪੰਜਾਬ ਦੇ ਬੜੀਆਂ ਚੁਣੌਤੀਆਂ ਦੇ ਇਸੇ ਤਰ੍ਹਾਂ ਆਪਾਂ ਇੱਕ ਤਰ੍ਹਾਂ ਰਹਿ ਕੇ ਆਪਸ ਮਿਲ ਮਿਲ ਕੇ ਜਿਹੜੇ ਆਪਣੇ ਰਹਿੰਦੇ ਮਸਲੇ ਉਹ ਵੀ ਹੱਲ ਕਰਾਉਣੇ ਨੇ ਪਰ ਇਹ ਗੱਲ ਸਪਸ਼ਟ ਹੋ ਗਈ ਆ ਜੇ ਆਪਾਂ ਕੋਈ ਵੀ ਮੋਰਚਾ ਜਿੱਤਣਾ ਹੋਵੇ ਸਾਨੂੰ ਇਹ ਸਮਝ ਲੱਗ ਗਈ ਹੈ ਸਾਡੀ ਏਕਤਾ ਦੀ ਲੋੜ ਹੈ ਜੇ ਆਪਣੀ ਏਕਤਾ ਰਹੇਗੀ ਵੱਡੇ ਤੋਂ ਵੱਡੇ ਮਸਲਿਆਂ ਤੇ ਹੱਲ ਹੋ ਜਾਣਗੇ। ਸਤਿ ਸ਼੍ਰੀ ਅਕਾਲ।
ਪਹਿਲਾ ਮੋਰਚਾ ਲੱਗਾ ਹੋਇਆ ਸੀ ਕਾਫੀ ਲੰਮੇ ਸਮੇਂ ਤੋਂ ਮੋਰਚਾ ਚੱਲ ਰਿਹਾ ਸੀ ਆਪ ਜੀਆਂ ਨੇ ਬੜੀ ਕਿਰਪਾ ਕੀਤੀ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਕਰਕੇ ਪ੍ਰਵਾਨ ਕਰਕੇ ਮੋਰਚਿਆਂ ਵਿੱਚ ਸਫਲਤਾ ਬਖਸ਼ੀ ਕੀਤੀ ਹੈ ਆਪ ਜੀ ਦਾ ਕੋਟਾਂ ਕੋਟ ਧੰਨਵਾਦ ਸ਼ੁਕਰ ਹੈ ਸ਼ੁਕਰ ਹੈ ਦਾਤਾ ਜੀ ਸਮੂਹ ਕਿਸਾਨਾਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਆਪ ਜੀ ਦਾ ਕੋਟਾਂ ਕੋਟ ਧੰਨਵਾਦ ਸ਼ੁਕਰ ਹੈ ਕਿਰਪਾ ਕੀਤੀ ਆਪ ਦੀਆਂ ਸਾਰਿਆਂ ਦੀ ਕੀਤੀ ਹੋਈ ਸੇਵਾ ਥਾਈ ਪਾਇਓ ਸਾਰੀਆਂ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਸਦਾ ਚੜ੍ਹਦੀਆਂ ਕਲਾ ਬਖਸ਼ਣੀਆਂ ਜਿੱਥੇ ਜਿੱਥੇ ਵੀ ਪਿਆਰ ਵਾਲੀਆਂ ਸੰਗਤਾਂ ਵਸ ਰਹੀਆਂ ਉੱਥੇ ਸਾਰੇ ਸੰਸਾਰ ਇਹ ਮੇਰਾ ਸਤਿਗੁਰੂ ਹੈ ਜਿਹੜਾ ਸਾਰਿਆਂ ਦੀ ਪੈਰ ਰੱਖਣ ਵਾਲਾ ਸਾਰਿਆਂ ਦੇ ਪੜਦੇ ਢੱਕਣ ਵਾਲਾ ਕਿਉਂਕਿ ਹੰਕਾਰ ਹਰ ਹੰਕਾਰ ਨਾ ਭਾਵੇਂ ਵੇਦ ਰੂਪ ਸੁਣਾਵੇ ਸਤਿਗੁਰੂ ਨਾਲ ਘਰ ਟੰਗਾ ਨਹੀਂ ਲੱਗਦਾ ਜੇ ਕੋਈ ਗੱਲ ਚੰਗਾ ਮੰਤਰੀ ਆਇਆ ਮੁੱਖ ਪ੍ਰਧਾਨ ਮੰਤਰੀ ਉਹ ਦੱਸ ਕੇ ਜਾਵੇਗਾ ਕਿ ਇਹਨਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਪੰਨੇ ਭਰ ਜਾਣੇ ਨੇ ਇਤਿਹਾਸ ਦੇ ਨਾਲ ਸੋ ਗੁਰੂ ਪਿਆਰਿਓ ਬੜੀ ਕਿਰਪਾ ਕੀਤੀ ਸਤਿਗੁਰੂ ਨੇ ਅਰਦਾਸਾਂ ਬੇਨਤੀਆਂ ਸਾਡੇ ਬਜ਼ੁਰਗਾਂ ਦੀ ਪੱਤ ਰੱਖੀ ਸਤਿਗੁਰੂ ਸਾਡੇ ਦੇ ਮੇਹਰ ਭਰਿਆ ਹੱਥ ਰੱਖਿਆ ਔਰ ਮਾਣ ਬਖਸ਼ਿਆ ਅਸੀਂ ਧਰਨੇ ਦੇ ਵਿੱਚ ਬੈਠੇ ਰਹੇ ਇੰਨੀ ਅਸੀਂ ਮਨ ਦੇ ਵਿੱਚ ਮਹਾਰਾਜ ਗੜੀ ਬੇਨਤੀ ਕੀਤੀ ਗੁਰੂ ਪਾਤਸ਼ਾਹ ਸਾਨੂੰ ਸਮਰੱਥਾ ਬਖਸ਼ਿਓ ਸਾਨੂੰ ਜਿੱਤ ਪ੍ਰਾਪਤ ਕਰਿਓ ਹਾਰ ਨਾ ਬਖਸ਼ਿਓ ਜੇ ਹਾਰ ਬਣੇ ਪੈਂਦੀ ਹੋਈ ਅਤੇ ਸਾਡੀਆਂ ਡਿੱਗ ਵਾਲੀਆਂ ਭੋਲਾ ਚਲੇ ਜਾਣ ਅਤੇ ਅਸੀਂ ਉਹਦਾ ਮੂੰਹ ਅਸੀਂ ਲੈ ਕੇ ਘਰ ਨਹੀਂ ਜਾ ਸਕਦੇ ਔਰ ਜੇ ਜਿੱਤ ਹੋ ਗਈ ਤੇ ਫਿਰ ਤੁਹਾਡੇ ਚਰਨਾਂ ਦੇ ਵਿੱਚ ਪਹਿਲਾਂ ਆ ਕੇ ਨਤਮਸਤਕ ਹੋਵਾਂਗੇ ਔਰ ਘਰ ਫਿਰ ਜਾਵਾਂਗੇ ਗੁਰੂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਔਰ ਤੁਹਾਨੂੰ ਸੰਗਤ ਦੇ ਸਹਿਯੋਗ ਨਾਲ ਮੈਂ ਧੰਨਵਾਦੀ ਹਾਂ ਸਾਰੇ ਇਲਾਕੇ ਦਾ ਔਰ ਜਿਹਨਾਂ ਮੇਰਾ ਸਾਥ ਦਿੱਤਾ ਦਾਸਾਂ ਦਾ ਸਾਥ ਦਿੱਤਾ ਪਾਰਟੀ